ਵੇਖੋ ਜਦੋਂ ਵੱਡੀਆਂ ਸ਼ਾਦੀਆਂ ਹੁੰਦੀਆਂ ਫੂਡ ਦੀ ਇੰਨੀ ਜ਼ਿਆਦਾ ਵੇਸਟੇਜ ਹੁੰਦੀ ਹੈ ਜਿਨ੍ਹਾਂ ਨੂੰ ਅਸਲ 'ਚ ਖਾਣਾ ਮਿਲਣਾ ਚਾਹੀਦਾ ਉਹਨਾਂ ਨੂੰ ਖਾਣਾ ਵੀ ਨਹੀਂ ਮਿਲਦਾ ਹੈਗਾ ਹੁਣ ਤੇ ਜਿਹੜੇ ਆਉਣ ਵਾਲੇ ਟਾਈਮ 'ਚ ਆਉਣੇ ਮੈਂ ਤਾਂ ਹੀ ਗੁਜ਼ਾਰਿਸ਼ ਕਰੂੰਗਾ कि जिन्ने ਆਪਾਂ ਸਿੰਪਲ ਤੋਂ ਸਿੰਪਲ ਆਪਾਂ ਸਾਦੇ ਤੋਂ ਸਾਦੇ ਆਪਾਂ ਵਿਆਹ ਕਰ ਸਕਦੇ ਆ ਕਿ ਜਿਹੜੇ ਆਪਾਂ ਪੈਸੇ ਜਿਹੜੇ ਆਪਾਂ ਗਾਜੇ ਵਾਜ ਲਾਉਣੇ ਉਹਨੂੰ ਆਪਾਂ ਕਿਤੇ ਹੋਰ ਯੂਟਲਾਈਜ਼ ਕਰ ਸਕੀਏ ਪਤ ਜੀ ਐਮਐਲ ਨੇ ਹੈ ਕੋਈ ਗੱਲ ਨਹੀਂ ਤਾਂ ਕਿਹੜੀ ਗੱਲ ਸਾਡੀ ਤਾਂ ਚੱਲਦੀ ਹੈ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਿਲਕੁਲ ਅ ਅਸੀਂ ਤਾਂ ਸਗੋਂ ਐਗਜ਼ਾਮਪਲ ਦੇ ਨਾਲੇ ਹੋਰ ਐਗਜ਼ਾਮਪਲ ਸੈੱਟ ਕਰਨ ਵਾਲੇ ਹਾਂ ਜ਼ਰੂਰੀ ਨਹੀਂ ਹੈ ਕਿ ਉਹਨਾਂ ਹੀ ਇਕੱਠ ਕਰਕੇ ਤੇ ਬਹੁਤ ਲੋਕਾਂ ਨੂੰ ਬੁਲਾ ਕੇ ਇਹਦੇ ਸਭ ਕੁਝ ਕਰਕੇ ਵਿਆਹ ਕਰਨਾ ਹੈ ਆਪਣੇ ਬਹੁਤ ਹੀ ਕਰੀਬੀ ਲੋਕਾਂ ਨਾਲ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਨਾਲ ਮਿਲ ਕੇ ਵਿਆਹ ਕਰੀਏ 35 36 ਵਰੇ ਪਹਿਲਾਂ ਜਦੋਂ ਮ ਤਾਂ ਮੇਰੇ ਪਿਤਾ ਜੀ ਤੇ ਮਾਤਾ ਜੀ ਦੀ ਇਹ ਖਾਹਿਸ਼ ਸੀ ਕਿ ਸਾਦਾ ਵਿਆਹ ਕਰਨਾ ਅਸੀਂ ਉਦੋਂ ਵੀ ਬਹੁਤ ਸਾਦਾ ਵਿਆਹ ਕੀਤਾ ਸੀ ਬਿਨਾਂ ਦਾਜ ਦੇ ਤੋ ਕੀਤਾ ਸੀ ਸੋ ਬਿਨਾਂ ਦਾਜ ਦਹੇਜ ਦੇ ਵਿਆਹ ਹੋਣਾ ਚਾਹੀਦਾ ਹੈ ਬਿਨਾਂ ਤੜਕਪੜਤ ਤੋਂ ਵਿਆਹ ਹੋਣਾ ਚਾਹੀਦਾ ਅਸੀਂ ਲੰਗਰ ਰੱਖਿਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਅਸੀਂ ਕੋਈ ਪਹਿਲਾਂ ਬਰਾਤ ਵਾਲਾ ਜਿੱਦਾਂ ਪਹਿਲਾਂ ਹੁੰਦਾ ਸੀ ਕੋਈ ਬੈਂਡ ਨਹੀਂ ਕਿਸੇ ਤਰ੍ਹਾਂ ਦਾ ਕੋਈ 뮤직 ਸਿਸਟਮ ਨਹੀਂ ਕੋਈ ਡੀਜੇ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਿੰਗਰਸ ਨਹੀਂ ਬਿਲਕੁਲ ਸਿੰਪਲ ਕੀਤਾ ਤੇ ਜੇ ਅਸੀਂ ਸਾਰੇ ਇਸ ਤਰ੍ਹਾਂ ਕਰਾਂਗੇ ਤਾਂ ਧੀਆਂ ਦਾ ਸਤਿਕਾਰ ਆਪਣੇ ਆਪ ਹੀ ਵੱਧ ਜਾਣਾ ਜੇਕਰ ਇਦਾਂ ਹੀ ਸਾਰੇ ਘਰ ਸਾਰੇ ਪੰਜਾਬ ਸਾਰੇ ਦੇਸ਼ ਸਾਰੇ ਸੰਸਾਰ ਦੇ ਵਿੱਚ ਇਦਾਂ ਹੀ ਕੀਤਾ ਜਾਏ ਲੜਕਾ ਔਰ ਉਹਦੇ ਪਾਪ ਤਾਜ ਨਾ ਲੈਣ ਨਾ ਇਸ ਵੇਸ ਨੂੰ ਬढ़ावा ਦੇਣ ਦਾਜ ਲੈਂ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਕਦੀ ਵੀ ਕੁੱਖਾਂ ਦੇ ਵਿੱਚ ਬੇਟੀਆਂ ਨੂੰ ਮਾਰਿਆ ਨਹੀਂ ਜਾਏਗਾ ਕਿ ਸਾਡੇ ਸਮਾਜ ਦੇ ਵਿੱਚ ਲੜਕੀਆਂ ਸਟੈਂਡ ਲੈਣ ਕਿ ਜੇ ਲੜਕੀਆਂ ਸਟੈਂਡ ਲੈ ਲਨ ਕਿ ਅਸੀਂ ਉਸ ਲੜਕੇ ਨਾਲ ਵਿਆਹ ਨਹੀਂ ਕਰਨਾ ਜਿਹੜੇ ਦਾਜ ਮੰਗਦੇ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਮਾਜ ਸੁਧਰਨ ਦੇ ਵਿੱਚ ਨਾਕਾਮਜਾਬ ਹੋਏਗਾ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਸਾਰੇ ਪਰਿਵਾਰ ਦੋਨੇ ਪਰਿਵਾਰ ਕਿ ਇਹਨੇ ਅچھے ਪਰਿਵਾਰਾਂ ਨਾਲ ਸੰਬੰਧ ਬਣੇ ਔਰ ਹਰ ਕਰਨ ਜਿਹੜਾ ਸਾਡਾ ਸਨ-ਇਨ-ਲॉ ਹੈ ਸਾਡੀ ਛੋਟੀ ਸਿਸਟਰ ਦੋਨੇ ਨੌਜਵਾਨ ਜਿਹੜੇ ਬੱਚੇ ਨੇ ਬਹੁਤ ਆਪਣੀਆਂ ਆਪਣੀਆਂ ਫੀਲਡ 'ਚ ਕਾਬਿਲ ਨੇ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਰਾਂਬਾ ਨਗਰ ਲੁਧਿਆਣਾ ਦੇ ਵਿੱਚ ਅਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਕੋਰੋਨਾ ਵਾਇਰਸ ਦੇ ਕਾਰਨ ਜਿੱਥੇ ਕਰਫਿਊ ਲੱਗਿਆ ਹੋਇਆ ਹੈ ਅਤੇ ਲੋਕਡਾਊਨ ਹੈ ਉਸ ਦਰਮਿਆਨ ਸਾਦੇ ਵਿਆਹ ਕਿਵੇਂ ਹੋ ਰਹੇ ਨੇ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਬਾਦ ਦੇ ਪੁੱਤਰ ਦਾ ਵਿਆਹ ਹੈ ਪਰ ਇਸ ਦੇ ਬਾਵਜੂਦ ਬੇहद ਸਾਦੇ ਢੰਗ ਨਾਲ ਕੀਤਾ ਜਾ ਰਿਹਾ ਕਿਹੜੇ ਕਿਹੜੇ ਐहतਿਆਤ ਵਰਤੇ ਜਾ ਰਹੇ ਨੇ ਸੋਸ਼ਲ ਡਿਸਟੈਂਸਿੰਗ ਦਾ ਕਿੰਨਾ ਕੋ ਖਿਆਲ ਹੈ ਇਹਦੇ ਬਾਰੇ ਸਭ ਕੁਝ ਤੁਹਾਨੂੰ ਦਿਖਾਵਾਂਗੇ ਆਓ ਚੱਲਦੇ ਹਾਂ ਸੋ ਜਿਵੇਂ ਜਿਵੇਂ ਦੇ ਸਿਸਟਮ ਦੇ ਨਾਲ ਚੱਲਿਆ ਜਾ ਰਿਹਾ ਹੈ ਕਿ ਇੱਥੇ ਹੈਂਡ ਸੈਨੀਟਾਈਜ਼ਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਟੰਗ ਨਾਲ ਲਾਇਆ ਗਿਆ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਆ ਉਹ ਇੱਥੇ ਆਵੇ ਤੇ ਸੈਨੀਟਾਈਜ਼ ਕਰਕੇ ਹੱਥ ਅੰਦਰ ਜਾਵੇ ਸੋ ਲੋਕਡਾਊਨ ਹੈ ਲੋਕਡਾਊਨ ਦੇ ਵਿੱਚ ਵਿਆਹ ਵੀ ਹੋ ਰਹੇ ਨੇ ਸਾਦੇ ਵਿਆਹ ਹੋ ਰਹੇ ਨੇ ਖਾਸ ਗੱਲ ਇਹ ਹੈ ਕਿ ਜਦੋਂ ਅ ਮਿਸਾਲ ਜਿਹੜੀ ਹੈ ਕੋਈ ਦੁਨੀਆ ਸਾਹਮਣੇ ਲੈ ਕੇ ਆਵੇ ਤਾਂ ਉਹ ਤੁਹਾਨੂੰ ਦਿਖਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਅੱਜ ਕੁਲਦੀਪ ਸਿੰਘ ਵੈਦ ਜਿਹੜੇ ਵਿਧਾਇਕ ਨੇ ਕਾਂਗਰਸ ਦੇ ਉਹਨਾਂ ਦੇ ਬੇਟੇ ਹਰਕਰਨ ਵੈਦ ਹਰਕਰਨ ਸਿੰਘ ਦੀ ਮੈਰਿਜ ਆ ਤੇ ਅਸੀਂ ਇੱਥੇ ਪਹੁੰਚੇ ਹੋਇਆ ਹਰਕਰਨ ਪਹਿਲਾਂ ਤਾਂ ਬਹੁਤ ਮੁਬਾਰਕਵਾਦ ਤੁਹਾਨੂੰ ਜੋੜੀ ਨੂੰ ਤੇ ਸ਼ੋਭੀ ਸ਼ਾਮਾ ਸਾਡੀਆਂ ਤੁਹਾਡੇ ਨਾਲ ਨੇ ਹਮੇਸ਼ਾ ਤੇ ਅੱਜ ਬਹੁਤ ਸੁਭਾਗਾ ਵੀ ਸਮਾਂ ਹੈਗਾ ਪਰ ਸਾਦਾ ਵਿਆਹ ਹੋਇਆ ਕੀ ਥੋੜਾ ਜਿਹਾ ਮਹਿਸੂਸ ਹੋ ਰਿਹਾ ਕਿ ਤੇ ਇਤਨੀ ਮਹਿਸੂਸ ਹੋ ਰਿਹਾ ਕਿ ਲੋਕਡਾਊਨ ਆ ਇਸ ਕਰਕੇ ਸਾਦਾ ਕਰ ਲਿਆ ਜੇ ਬਿਨਾ ਵੈਸੇ ਆਮ ਦਿਨਾਂ ਦੇ ਵਿੱਚ ਹੁੰਦਾ ਤਾਂ ਵੱਡਾ ਵਿਆਹ ਕਰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜੇ ਲੋਕਡਾਊਨ ਨਾ ਹੁੰਦਾ ਤਾਂ ਸਦਾ ਸ਼ਾਇਦ ਸਰਲ ਵਿਆਹ ਨਾ ਹੁੰਦਾ ਬਟ ਮੰਚ ਮੇਰੇ ਵੀ ਸੀਗਾ ਮੇਰੇ ਫੈਮਿਲੀ ਦੇ ਵੱਲੋਂ ਮੇਰੀ ਵਾਈਫ ਦੀ ਫੈਮਿਲੀ ਵੱਲੋਂ ਉਹੀ ਮਨ ਸੀਗਾ ਵੀ ਜਿੰਨਾ ਸਰਲ ਤੋਂ ਸਰਲ ਅਸੀਂ ਸਾਦਾ ਅਸੀਂ ਵਿਆਹ ਕਰ ਸਕਦੇ ਹੈਗੇ ਆ ਬਿਨਾ ਕਿਸੇ ਗਾਜੇ ਵਾਜੇ ਤੋਂ ਅਸੀਂ ਵਿਆਹ ਕਰੀਏ ਤੇ ਕੁਦਰਤੀ ਲਾਕਡਾਊਨ ਦੇ ਵਿੱਚ ਵਿਆਹ ਗਿਆ ਸੋ ਵੈਸੇ ਹੀ ਅਸੀਂ ਸਰਲ ਕਰਨਾ ਸੀਗਾ ਸੋ ਅਸੀਂ ਸਰਲ ਵਿਆਹ ਕਰ ਰਹੇ ਹੈਗੇ ਹੁਣ ਤੇ ਹੁਣ ਹੋ ਗਿਆ ਹੈਗਾ ਸਰ ਹਮੇਸ਼ਾ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਇੱਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਇੱਕ ਖਾਣ ਵੀ ਬਣਾਇਆ ਗਿਆ ਕਿ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਕਿਉਂਕਿ ਅਸੀਂ ਦੇਖਦੇ ਹਾਂ ਕਿ ਚਾਹੇ ਪੰਜਾਬ ਦੇ ਲੋਕ ਨੇ ਚਾਹੇ ਕਿਸਾਨ ਨੇ ਵੱਡੇ ਪੱਧਰ ਤੇ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਿਆਹ ਕਰਦੇ ਹਾਂ ਬਹੁਤ ਵੱਡੇ ਵੱਡੇ ਸਮਾਗਮ ਕਰਦੇ ਹਾਂ ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਜਿਹੜਾ ਹੇਠਲਾ ਤਬਕਾ ਹੈ ਉਹ ਕਰਜ਼ਾ ਲੈ ਲੈਂਦਾ ਚਲੋ ਵੱਡਿਆਂ ਨੇ ਮਿਸਾਲ ਪੇਸ਼ ਕਰਨੀ ਹੁੰਦੀ ਹੈ ਤੁਸੀਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੋ ਫਾਦਰ ਸਾਹਿਬ ਐਮ ਐਲ ਏ ਨੇ ਤੁਸੀਂ ਕਾਉਂਸਲਰ ਹੋ ਸੰਪੰਨ ਪਰਿਵਾਰ ਹੈ ਪਰ ਫਿਰ ਵੀ ਤੁਸੀਂ ਸਾਦਾ ਵਿਆਹ ਕੀਤਾ ਜੀ ਕੋਈ ਵੱਡੇ ਛੋਟੇ ਨਹੀਂ ਹੈ ਕਿ ਅਸੀਂ ਉਹਨਾਂ ਦੇ ਬਿਲਕੁਲ ਬਰਾਬਰ ਹੈਗੇ ਹਾਂ ਜਿੱਦਾਂ ਦੇ ਉਹ ਮੇਰੇ ਵੀਰ ਨੇ ਉਦਾਂ ਇਸ ਉਹਨਾਂ ਦੇ ਵੀਰ ਹੈਗੇ ਆ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਮਨਚ ਪਹਿਲਾਂ ਠਾਣਿਆ ਹੋਇਆ ਸੀਗਾ ਕਿ ਜਿੰਨਾ ਸਾਦਾ ਤੋਂ ਸਾਦਾ ਸਰਲ ਵਿਆਹ ਕਰਾ ਸਕਦੇ ਆ ਤੁਸੀਂ ਵੇਖਦੇ ਜਦੋਂ ਵੱਡੀਆਂ ਸ਼ਾਦੀਆਂ ਹੁੰਦੀਆਂ ਫੂਡ ਦੀ ਇੰਨੀ ਜ਼ਿਆਦਾ ਵੇਸਟੇਜ ਹੁੰਦੀ ਹੈ ਜਿਨ੍ਹਾਂ ਨੂੰ ਅਸਲ ਚ ਖਾਣਾ ਮਿਲਣਾ ਚਾਹੀਦਾ ਉਹਨਾਂ ਨੂੰ ਖਾਣਾ ਵੀ ਨਹੀਂ ਮਿਲਦਾ ਹੈਗਾ ਫਾਈਨੈਂਸ਼ਲੀ ਵੀ ਆਪਾਂ ਬਤ ਉਹ ਪਾਪਾ ਪੈਸਾ ਲਾਉਣੇ ਹੈਗੇ ਆ ਸੋ ਮੈਂ ਲਾਦਾ ਹੈਗਾ ਹੁਣ ਜਿਹੜੇ ਆਉਣ ਵਾਲੇ ਟਾਈਮ ਚ ਵਿਆਹ ਹੋਣੇ ਮੈਂ ਤਹੀ ਗੁਜ਼ਾਰਿਸ਼ ਕਰੂੰਗਾ कि ਜਿੰਨੇ ਆਪਾਂ ਸਿੰਪਲ ਤੋਂ ਸਿੰਪਲ ਆਪਾਂ ਸਾਦੇ ਤੋਂ ਸਾਦੇ ਆਪਾਂ ਵਿਆਹ ਕਰ ਸਕਦੇ ਆ ਕਿ ਜਿਹੜੇ ਆਪਾਂ ਪੈਸੇ ਜਿਹੜੇ ਆਪਾਂ ਗਾਜੇ ਵਜ ਲਾਉਂਦੇ ਉਹਨੂੰ ਆਪਾਂ ਕਿਤੇ ਹੋਰ ਯੂਟਲਾਈਜ਼ ਕਰ ਸਕੀਏ ਬਿਲਕੁਲ ਹੈ ਮਤਲਬ ਲੌਕਡਾਊਨ ਚਾਹੇ ਖੁੱਲ ਵੀ ਜਾਵੇ ਕਰਫਿਊ ਕੱਲ ਨੂੰ ਖੁੱਲ ਵੀ ਜਾਣਾ ਹੈ ਪਰ ਉਸ ਤੋਂ ਬਾਅਦ ਵੀ ਜਿਹੜੇ ਵਿਆਹ ਸ਼ਾਦੀਆਂ ਹੋਣ ਉਹ ਥੋੜਾ ਜਿਹਾ ਸਿਸਟਮੈਟਿਕ ਥੋੜਾ ਸਾਦੇ ਢੰਗ ਨਾਲ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਸਿਸਟਮੈਟਿਕ ਢੰਗ ਨਾਲ ਸਾਦੇ ਹੋਣ ਤੇ ਜਿਹੜੇ ਤੁਹਾਡੇ ਬਿਲਕੁਲ ਕਰੀਬੀ ਦੇ ਤੁਹਾਡੇ ਕਰੀਬੀ ਦੇ ਰਿਸ਼ਤੇਦਾਰ ਨੇ ਤੁਹਾਡੇ ਕਰੀਬੀ ਦੇ ਦੋਸਤ ਨੇ ਘ ਵੱਡੇ ਪਿਆਰ ਆਕੇ ਨਾ ਚੰਗੀ ਤਰ੍ਹਾਂ ਮਿਲਵਰਤ ਹੋ ਸਕਦਾ ਆ ਤੇ ਨਾ ਚੰਗੀ ਤਰ੍ਹਾਂ ਕੋਈ ਰੀਤੀ ਰਿਵਾਜ ਹੁੰਦੇ ਨੇ ਸੋ ਜਿੰਨੇ ਜੋ ਜੋ ਸਾਡੇ ਰੀਤੀ ਰਿਵਾਜ ਸੀਗੇ ਆਪਣੇ ਸਿੱਖ ਧਰਮ ਦੇ ਵਿੱਚ ਉਹ ਅਸੀਂ ਪੂਰੇ ਕੀਤੇ ਨੇ ਬਿਲਕੁਲ ਸਾਦੇ ਤੇ ਬਿਲਕੁਲ ਸਰ ਸਰਲ ਤੇ ਜਿੰਨੇ ਘੱਟ ਤੋਂ ਘੱਟ ਗਿਣਤੀ ਜੋ ਜੋ ਲਾਕਡਾਊਨ ਦੇ ਹਦਾਇਤਾਂ ਮੁਤਾਬਕ ਜੋ ਜੋ ਜਿੰਨੇ ਬੰਦੇ ਕਹੇ ਸੀ ਕਿ ਐਨੇ ਬੰਦੇ ਮੌਜੂਦ ਹੋਣੇ ਚਾਹੀਦੇ ਗੁਰਦੁਆਰੇ ਦੇ ਵਿੱਚ ਅਸੀਂ ਉਹਨਾਂ ਅਗਿਆਂ ਦੀ ਪੂਰੀ ਪਾਲਣਾ ਕੀਤੀ ਆ ਠੀਕ ਆ ਬਿਲਕੁਲ ਵੀ ਸੋਸ਼ਲ ਡਿਸਟੈਂਸਿੰਗ ਵੀ ਰੱਖਣੀ ਆ ਤੇ ਜਿਹੜਾ ਇਕੱਠ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਕੱਠ ਨਹੀਂ ਕੀਤਾ ਹੈਗਾ ਸਿਰਫ ਆਨੰਦ ਕਾਰਜ ਦਾ ਹੀ ਸਿਰਫ ਪ੍ਰੋਗਰਾਮ ਸੀਗਾ ਤੇ ਉਸ ਤੋਂ ਬਾਅਦ ਸਿਰਫ ਖਾਣਾ ਆ ਉਸ ਤੋਂ ਬਾਅਦ ਹੋਰ ਕੋਈ ਅਸੀਂ ਪ੍ਰੋਗਰਾਮ ਨਹੀਂ ਰੱਖਿਆ ਹੈਗਾ ਇਹ ਤਾਂ ਨਹੀਂ ਸੀਗਾ ਵੀ ਪਿਤਾ ਜੀ ਐਮਐਲਏ ਆ ਜੇ ਕੋਈ ਗੱਲ ਨਹੀਂ ਤਾਂ ਕਿਹ ਆਲੇ ਹੋਰ ਐਗਜ਼ਾਮਪਲ ਸੈੱਟ ਕਰਨ ਵਾਲੇ ਹੈਗੇ ਹੋਰ ਜਿੰਨੇ ਮੇਰੇ ਵੀਰ ਜਿੰਨੇ ਪਰਿਵਾਰ ਨੇ ਅਸੀਂ ਉਹਨਾਂ ਨੂੰ ਸਭ ਕੋ ਐਗਜ਼ਾਮਪਲ ਸੈੱਟ ਕਰਕੇ ਦਈਏ ਵੀ ਸਾਦੇ ਵਿਆਹ ਇਸ ਤਰ੍ਹਾਂ ਵੀ ਕੀਤੇ ਜਾ ਸਕਦੇ ਨੇ ਬਿਲਕੁਲ ਇਹ ਚੰਗੀ ਗੱਲ ਹੈਗੀ ਸਾਡਾ ਮਕਸਦ ਵੀ ਇਹੀ ਹੈ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਕਿ ਜੇ ਆਪਾਂ ਸਾਰੇ ਮਿਲ ਜਾਈਏ ਇਸ ਤਰ੍ਹਾਂ ਕਰਨ ਲੱਗ ਜਾਈਏ ਤਾਂ ਬਹੁਤ ਸੌਖੇ ਹੋ ਜਾਗਾ ਅਸੀਂ ਸਾਰੇ ਭਵਦੀਪ ਸਾਡੇ ਨਾਲ ਨੇ ਭਵਦੀਪ ਬਹੁਤ ਮੁਬਾਰਕਾਂ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਮੋਕੇ ਤੇ ਥੈਂਕ ਯੂ ਸੋ ਮੱਚ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੀ ਵੀ ਇਹਨਾਂ ਨੇ ਕਿਹਾ ਸਾਦੇ ਵਿਆਹ ਕਰਨੇ ਚਾਹੀਦੇ ਆ ਤੇ ਆਪਾਂ ਆਓ ਆਪਾਂ ਸਾਰੇ ਇੱਕ ਟ੍ਰੈਂਡ ਨਵਾਂ ਸ਼ੁਰੂ ਕਰੀਏ ਇੱਕ ਨਵਾਂ ਦੌਰ ਸ਼ੁਰੂ ਕਰੀਏ ਜਿਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਸੈੱਟ ਕਰੀਏ ਲੋਗਾਂ ਲਈ ਕਿ ਜ਼ਰੂਰੀ ਨਹੀਂ ਹੈ ਕਿ ਉਹਨਾਂ ਹੀ ਕੱਟ ਕਰਕੇ ਤੇ ਬਹੁਤ ਲੋਕਾਂ ਨੂੰ ਬੁਲਾ ਕੇ ਤੇ ਸਭ ਕੁਝ ਕਰਕੇ ਵਿਆਹ ਕਰਨਾ ਹੈ ਆਪਣੇ ਬਹੁਤ ਹੀ ਕਰੀਬੀ ਲੋਕਾਂ ਨਾਲ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਨਾਲ ਮਿਲ ਕੇ ਵਿਆਹ ਕਰੀਏ ਤੇ ਬਹੁਤ ਅੱਛਾ ਲੱਗਿਆ ਇਦਾਂ ਸਗੋ ਵਿਆਹ ਕਰਕੇ ਕਿ ਸਾਰੇ ਆਰਾਮ ਨਾਲ ਮਿਲ ਪਾਏ ਗੱਲਬਾਤ ਹੋ ਪਾਈ ਸਭ ਕੁਝ ਔਰ ਬਹੁਤ ਹੀ ਲਿਮਿਟਿਡ ਬੰਦੇ ਸੀਗੇ ਸੋ ਕੋਈ ਵਾਰੀ ਹੁੰਦਾ ਹੈ ਕਿ ਇੱਕ ਪਾਸੇ ਡੀਜੇ ਦਾ ਸ਼ੋਰ ਹੁੰਦਾ ਹੈ ਇੱਕ ਪਾਸੇ ਕੁਝ ਹੋਰ ਹੋ ਰਿਹਾ ਹੁੰਦਾ ਹੈ ਬਹੁਤ ਵੱਡੇ ਇਕੱਠ ਹਜ਼ਾਰਾਂ ਦੇ ਇਕੱਠ ਹੋ ਜਾਂਦੇ ਨੇ ਇੱਕ ਦੂਜੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਕੌਣ ਕਿੱਧਰੋਂ ਆਇਆ ਹੋਇਆ ਹਾਂਜੀ ਬਿਲਕੁਲ ਮੀਨ ਤਾਂ ਵਿਆਹ ਦਾ ਮਤਲਬ ਅਨੰਤਕਾਰ ਜੀ ਹੈ ਤੇ ਉਹ ਅਸੀਂ ਬਿਲਕੁਲ ਬਹੁਤ ਸੋਹਣੀ ਤਰੀਕੇ ਕੀਤਾ ਤੇ ਉਹ ਉਹ ਸਾਨੂੰ ਬਹੁਤ ਅੱਛਾ ਲੱਗਿਆ ਬਹੁਤ ਖੁਸ਼ ਹਾਂ ਹਾਂਜੀ ਬਹੁਤ ਖੁਸ਼ ਹਾਂ ਸਰ ਨਾਲ ਐਮਐਲਏ ਕੁਲਦੀਪ ਸਿੰਘ ਵੈਦ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੈਦ ਸਾਹਿਬ ਇੱਕ ਐਗਜ਼ਾਮਪਲ ਤੁਸੀਂ ਪੇਸ਼ ਕੀਤੀ ਹੈ ਮੁਬਾਰਕਬਾਦ ਵੀ ਆ ਤੁਹਾਨੂੰ ਪਰ ਸਵਾਲ ਮੇਰਾ ਉਹੀ ਹੈ ਕਿ ਜੇ ਲੋਕਡਾਊਨ ਨਾ ਹੁੰਦਾ ਫਿਰ ਵੀ ਇਦਾਂ ਹੀ ਕਰਦੇ ਕਿ ਮਜਬੂਰੀ ਦੇ ਵਿੱਚ ਕਰ ਲਿਆ ਤੁਸੀਂ ਇਹ ਰਾਣਾ ਜੀ ਮੈਂ ਤੁਹਾਨੂੰ ਅਜ ਤੋਂ 35 36 ਵਰੇ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਪਿਤਾ ਜੀ ਤੇ ਮਾਤਾ ਜੀ ਦੀ ਇਹ ਖਾਇ ਸੀ ਕਿ ਸਾਦਾ ਵਿਆਹ ਕਰਨਾ ਅਸੀਂ ਉਦੋਂ ਵੀ ਬਹੁਤ ਸਾਦਾ ਵਿਆਹ ਕੀਤਾ ਸੀ ਬਿਨਾਂ ਦਾਜ ਦੇ ਹੀ ਤੋਂ ਕੀਤਾ ਸੀ ਇਹ ਜਿਹੜਾ ਕਰੋਨਾ ਦੇ ਵਿੱਚ ਅਸੀਂ ਸ਼ਾਦੀ ਕੀਤੀ ਹੈ ਪੁੱਛ ਲੈਣਾ ਮੈਂ ਮਨੋਂ ਤੁਹਾਡੇ ਮਤਲਬ ਵੀ ਸੱਚ ਵੀ ਬੋਲ ਰਹੇ ਨੇ ਬਿਲਕੁਲ ਤੁਸੀਂ ਬਿਲਕੁਲ ਬਿਲਕੁਲ ਪੁੱਛੋ ਬਿਲਕੁਲ ਸਾਦਾ ਵਿਆਹ ਕੀਤਾ ਸੀ ਐਂਡ ਬਿਨਾ ਦਾਜ ਤੇ ਦਹੇਜ ਤੋਂ ਵਿਆਹ ਕੀਤਾ ਸੀ ਮੇਰੇ ਸਬੰਧੀ ਸਰਦਾਰ ਜਤਿੰਦਰਪਾਲ ਸਿੰਘ ਨਾਲ ਜਦੋਂ ਸਾਡੀ ਪਹਿਲੀ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਅਸੀਂ ਦੋਨਾਂ ਪਰਿਵਾਰਾਂ ਨੇ ਦੋਨਾਂ ਪਰਿਵਾਰਾਂ ਨੇ ਇਹੀ ਡਿਸਾਈਡ ਕੀਤਾ ਸੀ ਮੈਂ ਹੱਥ ਜੋੜੇ ਸੀਗੇ ਜਤਿੰਦਰਪਾਲ ਸਿੰਘ ਹੋਰਾਂ ਨੂੰ ਭਾਈ ਵੱਡੇ ਭਾਈ ਸਾਹਿਬ ਨੇ ਤੇ ਇਹਨਾਂ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਆਪਾਂ ਬਿਲਕੁਲ ਸਿੰਪਲ ਵਿਆਹ ਕਰਨਾ ਐਂਡ ਬਿਨਾ ਕਿਸੇ ਚੀਜ਼ ਦਿੱਤਿਆਂ ਲਿਆ ਕਰਨਾ ਐਂਡ ਹੁਣ ਤੱਕ ਅਸੀਂ ਬਿਲਕੁਲ ਉਸੇ ਤਰ੍ਹਾਂ ਹੀ ਪੂਰੇ ਆ ਭਾਈ ਸਾਹਿਬ ਕੋਲੇ ਖੜੇ ਨੇ ਇਹਨਾਂ ਨੂੰ ਜਿਹੜੀ ਬੇਨਤੀ ਕੀਤੀ ਸੀ ਇਹਨਾਂ ਨੇ ਪ੍ਰਵਾਨ ਕੀਤੀ ਇਹਨਾਂ ਨੇ ਜਿਹੜੀ ਮੈਨੂੰ ਕਿਹਾ ਸੀ ਮੈਂ ਉਹਨੂੰ ਮੰਨਿਆ ਸੋ ਬਿਨਾ ਦਾਜ ਦਹੇਜ ਦੇ ਵਿਆਹ ਹੋਣਾ ਚਾਹੀਦਾ ਬਿਨਾ ਤੜਕਪੜਕ ਤੋਂ ਵਿਆਹ ਹੋਣਾ ਚਾਹੀਦਾ ਮੇਰੇ ਦੋਸਤ ਵੀ ਮੇਰੇ ਭਰਾ ਵੀ ਖੜੇ ਨੇ ਸਾਹਿਬ ਮਨਜੀਤ ਸਿੰਘ ਹੋਰੇ ਅਸੀਂ ਇਹ ਡਿਸਾਈਡ ਕੀਤਾ ਹੋਇਆ ਸੀ ਪਹਿਲੇ ਤਾਂ ਠੀਕ ਹੈ ਕਿਸ ਸਮੇਂ ਹੁੰਦਾ ਪਤਾ ਕੀ ਹੈ ਕਿ ਅਸੀਂ ਜਦੋਂ ਸਟੇਜ ਤੇ ਹੁੰਨੇ ਆ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਆ ਜਦੋਂ ਅਸੀਂ ਕਿਸੇ ਨੂੰ ਸੰਬੋਧਨ ਕਰਨਾ ਹੁੰਦਾ ਲੈਕਚਰ ਕਰਨੇ ਹੁੰਦੇ ਨੇ ਤਾਂ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਸਾਦੇ ਵਿਆਹ ਕਰਾਂਗੇ ਅਸੀਂ ਦਾਜ ਦੇਹਜ ਨਹੀਂ ਲਵਾਂਗੇ ਨਹੀਂ ਲੈਣਾ ਚਾਹੀਦਾ ਦਾਜ ਦੇਹਜ ਸਮਾਜਿਕ ਜਿਹੜੀ ਇੱਕ ਪ੍ਰਥਾ ਹੈਗੀ ਹੈ ਗਲਤ ਹੈ ਬਹੁਤ ਲੈਕਚਰ ਹੁੰਦੇ ਨੇ ਪਰ ਜਦੋਂ ਅਸੀਂ ਆਪਣੀ ਆਪਣੀ ਜੀਵਨ ਦੇ ਵਿੱਚ ਉਸ ਨੂੰ ਦੇਖਦੇ ਆ ਤਾਂ ਕਈ ਵਾਰੀ ਉਸ ਤਰ੍ਹਾਂ ਨਹੀਂ ਹੋ ਪਾਉਂਦਾ ਹੈਗਾ ਰਾਣਾ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਆ ਮੇਰੀ ਸ਼ਾਦੀ ਦੀ ਬਹੁਤ ਸਿੰਪਲ ਕੀਤੀ ਗਈ ਸੀ ਤੁਸੀਂ ਕਿਤੋਂ ਵੀ ਫੈਕਟਸ ਮੇਰੀ ਵਾਈਫ ਨਾਲ ਖੜੀ ਹੈ ਵੈਰੀਫਾਈ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਭਾਈ ਸਾਹਿਬ ਨੇ ਸਰਜਿੰਦਰ ਜਤਿੰਦਰਪਾਲ ਸਿੰਘ ਹੋਰੀ ਅਸੀਂ ਇਕੱਠੇ ਸਕੂਲ ਵਿੱਚ ਵੀ ਪੜੇ ਆ ਤੇ ਅਸੀਂ ਇਕੱਠੇ ਨੌਕਰੀ ਵੀ ਕੀਤੀ ਹੈ ਅਸੀਂ ਇਹ ਡਿਸਾਈਡ ਕੀਤਾ ਸੀਗਾ ਕਿ ਅਸੀਂ ਬਿਲਕੁਲ ਸਿੰਪਲ ਵਿਆਹ ਕਰਨਾ ਇਹ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਸਾਡੇ ਸਾਕ ਸਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਕੌਨਸੀਚੁਐਂਸੀ ਵਿੱਚ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਆਪਾਂ ਸ਼ਾਦੀਆਂ ਦੇ ਉੱਤੇ ਘੱਟ ਤੋਂ ਘੱਟ ਖਰਚ ਕਰੋ ਕਿਉਂਕਿ ਆਮ ਦੇਖਣ ਵਿੱਚ ਆਇਆ ਰਾਣਾ ਜੀ ਕਿ ਸਾਡੇ ਲੋਕ ਸ਼ਾਦੀਆਂ ਤੇ ਵਿਆਹ ਤੇ ਬਹੁਤ ਪੈਸੇ ਖਰਚ ਲੈਂਦੇ ਆ ਤੇ ਕਰਜ਼ੇ ਥੱਲੇ ਆ ਜਾਂਦੇ ਆ ਇਸ ਤੋਂ ਬਚਣ ਦਾ ਇੱਕ ਬਹੁਤ ਹੀ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕਿ ਆਨੰਦ ਕਾਰਜ ਕਰੋ ਤੇ ਆਪੋ ਆਪਣੇ ਕਰਾਚ ਅਸੀਂ ਦੋਨਾਂ ਪਰਿਵਾਰਾਂ ਦਾ ਜਿਹੜਾ ਅਸੀਂ ਲੰਗਰ ਰੱਖਿਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਉਹਦੇ ਵਿੱਚ ਅਸੀਂ ਕੋਈ ਪਹਿਲਾਂ ਬਰਾਤ ਵਾਲਾ ਜਿੱਦਾਂ ਪਹਿਲਾਂ ਹੁੰਦਾ ਸੀ ਕੋਈ ਬੈਂਡ ਨਹੀਂ ਕਿਸੇ ਤਰ੍ਹਾਂ ਦਾ ਕੋਈ 뮤직 ਸਿਸਟਮ ਨਹੀਂ ਕੋਈ ਡੀਜੇ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਿੰਗਰਸ ਨਹੀਂ ਬਿਲਕੁਲ ਸਿੰਪਲ ਕੀਤਾ ਐਮਐਲਏ ਸਾਹਿਬ ਜਿਵੇਂ ਜਿਹੜੀ ਸੀਗੀ ਗੱਲ ਵੀ 20 25 ਬੰਦੇ 30 ਬੰਦੇ ਇਕੱਠੇ ਹੋਣੇ ਆ ਉਨੇ ਹੀ ਤੁਸੀਂ ਚਲੋ ਕੀਤੇ ਵੀ ਨੇ ਪਰ ਕਿਤੇ ਕਿਤੇ ਆਪਣੀ ਹੁੰਦਾ ਨਾ ਕਿ ਐਮਐਲਏ ਆ ਮੈਂ ਤੇ ਐਮਐਲਏ ਤਾਂ ਚਲਦੀ ਬਹੁਤ ਹੁੰਦੀ ਆ ਕਿ ਅਸੀਂ ਤਾਂ ਜਿਹੜੇ ਇਸ ਤਰ੍ਹਾਂ ਦੇ ਹੁਕਮ ਨੇ ਉਹਨਾਂ ਦੀ ਕੀ ਟਿੱਚ ਜਾਣਦੇ ਕੋਈ ਗੱਲ ਨਹੀਂ ਹੈਗੀ ਪਰ ਰਾਣਾ ਜੀ ਤੁਹਾਡੇ ਕੈਮਰੇ ਨੇ ਸਾਰਾ ਕੁਝ ਕੈਦ ਕੀਤਾ ਤੁਹਾਡੇ ਕੈਮਰੇ ਦੇ ਵਿੱਚ ਇਵੀ ਐਵੀ ਕਿੰਨੇ ਬੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਸੀਗੇ ਆਨੰਦ ਕਾਰਜ ਸਾਹਮਣੇ ਅਸੀਂ ਜਦੋਂ ਹੋਇਆ ਆਨੰਦ ਕਾਰਜ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕੀਤੀ ਹੈ ਸਾਰਿਆਂ ਨੂੰ ਦੂਰ ਦੂਰ ਬਿਠਾਇਆ ਬਾਹਰ ਵੀ ਜਿੱਥੇ ਕੋਈ ਗੈਸ ਸਾਡੇ ਸਪੋਸ ਥੋੜਾ ਜਿਹਾ ਇਕੱਠੇ ਗੱਲ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਡਿਸਟੈਂਸ ਰੱਖ ਕੇ ਗੱਲ ਕਰੋ ਵਧੀਆ ਗੱਲ ਸਾਨੂੰ ਮਹਿਸੂਸ ਵੀ ਹੋ ਰਹੀ ਹੈ ਤੇ ਅਸੀਂ ਚਾਹੁੰਦੇ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ ਵੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਵਿਆਹ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਗੱਲ ਵੈਦ ਸਾਹਿਬ ਨੇ ਦਾ ਵੀ ਕੀਤਾ ਤੁਸੀਂ ਤਾਂ ਨਹੀਂ ਡਿਮਾਂਡ ਕਰਦੇ ਸੀ ਕਿ بیٹے ਦਾ ਵਿਆਹ ਗੱਜ-ਬੱਜ ਕੇ ਕਰਨਾ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਹੁਣ ਜਿਹੜੀ ਤੇ ਦੇਵਾਂਤੋ ਸੀ ਜੀ ਕਿ ਮੈਂ ਵਿਆਹ ਆਪਣੇ بیٹے ਦਾ ਸਿਰਫ ਸਾਦੇ ਤੋਂ ਸਾਦਾ ਕਰਨਾ ਹੈ ਠੀਕ ਹੈ ਤੇ ਵੈਸ ਸਬ지 ਦੀ ਸੇਖ ਖਾਸ ਸੀ ਸੋ ਅਸੀਂ ਐਸੇ ਤਰ੍ਹਾਂ ਕੀਤਾ ਵੀ ਹੈ ਮੈਂ ਇਹੀ ਸੋਚਦੀ ਆ ਕਿ ਜਿਸ ਪਰਿਵਾਰ ਦੇ ਵਿੱਚੋਂ ਤੇ ਆ ਗਈ ਤੇ ਸਭ ਕੁਝ ਆਇਆ ਦੇ ਆਮ ਤੌਰ 'ਤੇ ਲਿਗਾ ਦੁਲਹਣੀ ਦੇਹਜ ਹੈ ਤੇ ਇੱਕ ਸਾਦੇ ਵਿਆਹ ਦੇ ਵਿੱਚ ਇਹ ਜੋ ਅੱਜ ਕੱਲ ਦੇ ਹਾਲਾਤ ਚੱਲ ਰਹੇ ਆ ਮੈਂ ਕਿਰਸ ਨੇ ਜਿੱਦ ਕੱਟ ਕੱਠ ਦੇ ਵਿੱਚ ਜੋ ਅਸੀਂ ਆਪਣੀ ਫੈਮਲੀ ਦੇ ਵਿੱਚ ਇੰਜੋਏ ਕਰ ਸਕਦੇ ਆ ਕੱਠ ਦੇ ਵਿੱਚ ਅਸੀਂ ਰੁੱਲ ਜਾਂਦੇ ਆ ਤੇ ਕੁਝ ਨਹੀਂ ਕਿਸੇ ਨੂੰ ਬਤ। ਇੱਕ ਚੰਗੀ ਚੇਂਜ ਵੀ ਹੈਗੀ ਕਿਉਂਕਿ ਹਮੇਸ਼ਾ ਤੋਂ ਸਾਡੇ ਸਮਾਜ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਬੇਟੀ ਨੂੰ ਬੋਝ ਸਮਝ ਲਿਆ ਜਾਂਦਾ ਹੈ ਕਿ ਜਿਸ ਦਿਨ ਬੇਟੀ ਜਨਮ ਲੈ ਲੈਂਦੀ ਆ ਉਸੇ ਤੋਂ ਹੀ ਸੋਚਣ ਲੱਗ ਜਾਂਦੇ ਆ ਕਿ ਦਾਜ ਬਣਾਵਾਂਗੇ ਦੇਹਜ ਬਣਾਵਾਂਗੇ ਫਿਰ ਉਹਦੇ ਵਿਆਹ ਤੇ ਖਰਚਾ ਹੋਵੇਗਾ ਮਤਲਬ ਬਹੁਤ ਕੁਝ ਸੋਚਦੇ ਆ ਜੇ ਇਸ ਤਰ੍ਹਾਂ ਦੇ ਵਿਆਹ ਹੋਣ ਲੱਗ ਜਾਣ ਵਾਕਈ ਹਾਲਾਂਕਿ ਕ ਆਏਗਾ ਸਾਡੇ ਦੇਸ਼ ਦੇ ਵਿੱਚ ਪਰ ਨਹੀਂ ਹੁੰਦਾ ਇਸ ਤਰ੍ਹਾਂ ਤੁਸੀਂ ਚੰਗੀ ਇੱਕ ਮਿਸਾਲ ਪੈਦਾ ਕੀਤੀ ਹਾਂਜੀ ਹਾਂਜੀ ਬਸ ਇਹੀ ਆ ਬਸ ਧੀ ਦੇਤੀ ਸਭ ਕੁਝ ਚਲੋ ਜਤਿੰਦਰਪਾਲ ਜੀ ਵੀ ਸਾਡੇ ਨਾਲ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਜੀ ਜਿਸ ਤਰ੍ਹਾਂ ਸਰਦਾਰ ਕੁਲਦੀਪ ਸਿੰਘ ਵੈਦਵਰਾਂ ਨੇ ਤੁਹਾਨੂੰ ਦੱਸਿਆ ਜੀ ਜਾਂ ਬੇਟਾ ਹਰਕਰਨਦੀਪ ਸਿੰਘ ਨੇ ਜਾਂ ਬੇਟੀ ਭਵਦੀਪ ਕੌਰ ਨੇ ਤੁਹਾਨੂੰ ਦੱਸਿਆ ਜੀ ਇਹ ਬਿਲਕੁਲ ਸੱਚਾਈ ਹੈ ਇਹਨਾਂ ਨੇ ਜੇ ਇਹਨਾਂ ਨੇ ਮੇਰੇ ਕੋਲੋਂ ਇੱਕ ਕੱਪ ਚਾਹ ਪੀਤਾ ਤੇ ਇਹਨਾਂ ਨੇ ਮੈਨੂੰ ਦੋ ਕੱਪ ਚਾਹ ਪਲਾ ਕੇ ਭੇਜਿਆ ਮੈਨੂੰ ਸਭ ਤੋਂ ਵੱਡੀ ਜਿਹੜੀ ਮੈਂ ਪਬਲਿਕ ਨੂੰ ਜਿਹੜੀ ਜਾਣਕਾਰੀ ਦੇਣੀ ਚਾਹੁੰਦਾ ਕਿ ਕੋਈ ਕਿਸੇ ਤਰ੍ਹਾਂ ਦਾ ਦਾਜ ਦਹੇਜ ਦੀ ਜਿਸ ਤਰ੍ਹਾਂ ਕਿ ਇਹਨਾਂ ਦਾ ਮੈਂ ਲੜਕੀ ਵਾਲਾਂ ਸਪੋਜ਼ ਵੀ ਮੇਰੇ ਮਨ ਦੇ ਵਿੱਚ ਹੁੰਦਾ ਵੀ ਮੈਂ ਲੜਕੀ ਦਾ ਵਿਆਹ ਕਰ ਰਿਹਾ ਪਤਾ ਨਹੀਂ ਕੀ ਖਰਚ ਕਰਨਾ ਪਊਗਾ ਜਾਂ ਕੀ ਡਿਮਾਂਡ ਹੋਊਗੀ ਜਾਂ ਕਿਸ ਤਰ੍ਹਾਂ ਦਾ ਵਿਆਹ ਕਰਨਾ ਪਊਗਾ ਉਹਦੇ ਤੇ ਕਿੰਨਾ ਖਰਚ ਹੋਊਗਾ ਪਹਿਲੀ ਗੱਲ ਤਾਂ ਮੈਂ ਆਪਣੀ ਸਾਰੀ ਸਰਵਿਸ ਇਮਾਨਦਾਰੀ ਨਾਲ ਮੈਂ ਏਡੀਸੀ ਮੋਗੇ ਤੋਂ ਰਟਾਇਰ ਹੋਇਆ ਹੁਣ ਮੈਂ ਚੇਅਰਮੈਨ ਆ ਸੀਡਬਲਿਊਸੀ ਲੁਧਿਆਣੇ ਤੇ ਉਹ ਸਾਰੀ ਜ਼ਿੰਦਗੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਅੱਛਾ ਸਮਾਂ ਲੰਘਿਆ ਇਹਨਾਂ ਬਾਰੇ ਜਿਹੜੀ ਜੋ ਇਹਨਾਂ ਨੇ ਸ਼ਬਦ ਕਹੇ ਆ ਜਾਂ ਮੈਂ ਵੀ ਉਹ ਕਹਿਣੇ ਚਾਹੁੰਨਾ ਕਿ ਇਹ ਜਿਹੜੀ ਦਾਜ ਦਹੇਜ ਦੀ ਗੱਲ ਹੈ ਮੈਂ ਚਾਹ ਦੇ ਕੱਪ ਦੀ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਸੀ ਵੀ ਇਹਨਾਂ ਨੇ ਜੇ ਮੇਰੇ ਕੋਲ ਇੱਕ ਕੱਪ ਚਾਹ ਪੀਤਾ ਤੇ ਮੈਨੂੰ ਇਹਨਾਂ ਨੇ ਦੋ ਕੱਪ ਪਲਾ ਕੇ ਤੋੜਿਆ ਜੀ ਪਹਿਲੇ ਦਿਨ ਤੋਂ ਹੀ ਜਿੱਦਾਂ ਕਿ ਮੁੰਡੇ ਆਲੇ ਗੱਲ ਕਰਦੇ ਆ ਜਾਂ ਆਪਣਾ ਥੋੜਾ ਸਿਰ ਉੱਚਾ ਕਰਕੇ ਗੱਲ ਕਰਦੇ ਆ ਪਹਿਲੇ ਦਿਨ ਤੋਂ ਹੀ ਇਹ ਮੈਨੂੰ ਹੱਥ ਜੋੜਦੇ ਆਏ ਆ ਕਹਿੰਦੇ ਆ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਰਸਮ ਨਹੀਂ ਕਰਨੀ ਜੀ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਦਾਜ ਦੇਹਜ ਵਾਲਾ ਕੰਮ ਨਹੀਂ ਕਰਨਾ ਇਹਨਾਂ ਦੇ ਸ਼ਬਦਾਂ ਨੇ ਮੈਨੂੰ ਇੰਨਾ ਵੱਡਾ ਹੌਂਸਲਾ ਬਖਸ਼ਿਆ ਮੈਂ ਕਿਹਾ ਵੀ ਅਸੀਂ ਇੱਕ ਲੋਕਾਂ ਦੇ ਲਈ ਇੱਕ ਚੰਗੀ ਐਗਜ਼ਾਮਪਲ ਸੈੱਟ ਕਰੀਏ ਅਸੀਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਹੜੇ ਗਰੀਬ ਲੋਕ ਨੇ ਬਿਲਕੁਲ ਕਿਉਂਕਿ ਹੁੰਦਾ ਕੀ ਹੈ ਕਿ ਬਿਲਕੁਲ ਜਦੋਂ ਹੁੰਦਾ ਕੀ ਹੈ ਕਿ ਮਾਪੇ ਦੇ ਤਾਂ ਮੱਥੇ ਤੇ ਚਿੰਤਾ ਦੇ ਲਕੀਰੇ ਆਉਣੇ ਸ਼ੁਰੂ ਹੋ ਜਾਂਦੀਆਂ ਜਦੋਂ ਬੱਚੀ ਜਨਮ ਲੈ ਲੈਂਦੀ ਹੈ ਬਿਲਕੁਲ ਬਿਲਕੁਲ ਇਹੀ ਇਹੀ ਕਾਰਨ ਹੈ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਜਿਸ ਤਰ੍ਹਾਂ ਕਿ ਉਹਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਫੀਮੇਲ ਫੀਟੀ ਸਾਈਡ ਦਾ ਉਹ ਬੱਚੀਆਂ ਦੇ ਦਾਜ ਦਹੇਜ ਤੋਂ ਡਰਦੇ ਹੀ ਕਈ ਵਾਰੀ ਬੱਚੀ ਦਾ ਜਦੋਂ ਜਨਮ ਹੁੰਦਾ ਹੈ ਉਹ ਖੁਸ਼ੀ ਨਹੀਂ ਮਨਾਉਂਦੇ ਬਿਲਕੁਲ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਰਾਂਗਾ ਕੇ ਬੱਚੀ ਦਾ ਜਨਮ ਹੁੰਦਾ ਖੁਸ਼ੀ ਮਨਾਓ ਪਰ ਤੁਸੀਂ ਆਪ ਸਟੈਂਡ ਲਓ ਵੀ ਅਸੀਂ ਕੋਈ ਲਾਈਫ ਦੇ ਵਿੱਚ ਕੋਈ ਗਲਤ ਕੰਮ ਨਹੀਂ ਕਰਨਾ ਬੱਚੀ ਨੂੰ ਸਭ ਤੋਂ ਵੱਡੀ ਵਿੱਦਿਆ ਦੇ ਕੇ ਤੋਰੋ ਤਾਂ ਕਿ ਉਹਦੇ ਪੱਲੇ ਕੁਝ ਹੋਵੇ ਔਰ ਉਹ ਸਮਾਜ ਦੇ ਵਿੱਚ ਆਪਣੇ ਆਪ ਆਪਣੇ ਪੈਰਾਂ ਤੇ ਖੜਾ ਹੋ ਸਕੇ ਬਿਲਕੁਲ ਐਜੂਕੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਆਪਣੇ ਪੈਰਾਂ ਤੇ ਖੜੇ ਜੀ ਇਸ ਵਿਆਹ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਾਜ ਦਹੇਜ ਦਾ ਬਹੁਤ ਖੁਸ਼ੀ ਹੋਈ ਮੈਨੂੰ ਕਿ ਇਹਨਾਂ ਨੇ ਸਰਦਾਰ ਕੁਲਦੀਪ ਸਿੰਘ ਵੈਦ ਹੋਰਾਂ ਨੇ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਰੱਖੀ ਕੁਝ ਨਹੀਂ ਕੀਤਾ ਜਿਸ ਤਰ੍ਹਾਂ ਕਿ ਤੁਸੀਂ ਇਹਨਾਂ ਨਾਲ ਗੱਲ ਹੀ ਕੀਤੀ ਹੈ ਕਿ ਤੁਹਾਡਾ ਰਤਬਾ ਸਾਰਾ ਕੁਝ ਹੈ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਂ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਵਿਆਹ ਦੀ ਐਗਜ਼ਾਮਪਲ ਦਿੱਤੀ ਹੈ ਮੇਰੇ ਪਤਨੀ ਖੜੇ ਨੇ ਜੀ 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 ਇਕਬਾਲ ਕੌਰ ਜੀ ਮੈਂ ਵੀ ਆਪਣੇ ਵਿਆਹ ਚ ਜਦੋਂ ਮੈਨੂੰ ਲਫਾਫਾ ਸ਼ਗਨਤਾ ਦਿੱਤਾ ਗਿਆ ਸੀ ਤਾਂ ਉਹਦੇ ਵਿੱਚੋਂ ਮੈਂ 1 ਰੁਪਿਆ ਕੱਢ ਕੇ ਬਾਕੀ ਮੋੜ ਦਿੱਤੇ ਸੀ ਇਹ ਅੱਜ 89 ਦੀ ਗੱਲ ਆ ਇਹ ਬਿਲਕੁਲ ਜੇ ਅਸੀਂ ਸਾਰੇ ਇਸ ਤਰ੍ਹਾਂ ਕਰਾਂਗੇ ਤਾਂ ਧੀਆਂ ਦਾ ਸਤਿਕਾਰ ਆਪਣੇ ਆਪ ਹੀ ਵੱਧ ਜਾਣਾ ਹੈ ਇਸ ਕੱਲ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕੁਝ ਲਾਲਚੀ ਕਿਸਮ ਦੇ ਹੁੰਦੇ ਨੇ ਉਹਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਛੱਡ ਦੇਣਾ ਚਾਹੀਦਾ ਸਾਨੂੰ ਜੀ ਜੀ ਲੜਕੀ ਵਾਲਿਆਂ ਨੂੰ ਸਟੈਂਡ ਲੈਣਾ ਚਾਹੀਦਾ ਨਾ ਕਿ ਡਰ ਜਾਣਾ ਚਾਹੀਦਾ ਜੀ ਜੀ ਵੀ ਅਸੀਂ ਤਾਂ ਦੇਖੋ ਜੀ ਸਾਨੂੰ ਕੋਈ ਰਿਸ਼ਤਾ ਚੰਗਾ ਮਿਲਦਾ ਜਦੋਂ ਜਦੋਂ ਰਿਸ਼ਤਾ ਕਰਨ ਲੱਗਦੇ ਨੇ ਤਾਂ ਪਹਿਲਾਂ ਪੁੱਛਿਆ ਜਾਂਦਾ ਕਿ ਤੁਹਾਡੀ ਡਿਮਾਂਡ ਕੀ ਆ ਅਕਸਰ ਇਹ ਇਹ ਆਪਣੇ ਹਿੰਦੁਸਤਾਨ ਦੇ ਵਿੱਚ ਇਹ ਜਿਹਾ ਕਲਚਰ ਬਣ ਚੁੱਕਾ ਜੀ ਅਦਰਵਾਈਜ਼ वेस्टर्न कंट्रीज ਨੇ ਹੋਰ ਹੈ ਉਹਨਾਂ ਦੇ ਵਿੱਚ ਇਹ ਜੀ ਕੋਈ ਇਹ ਹਿੰਦੁਸਤਾਨ ਦਾ ਪ੍ਰਾਣਾ ਕਲਚਰ ਹੈ ਹੌਲੀ ਹੌਲੀ ਠੀਕ ਹੋ ਜਾਏਗਾ ਜਿਸ ਤਰ੍ਹਾਂ ਤੁਸੀਂ ਜਿਹੜੇ ਲੜਕੀ ਦੇ ਪੇਰੈਂਟਸ ਨੇ ਸਪੈਸ਼ਲੀ ਉਹ ਥੋੜਾ ਜਿਹਾ ਸਟੈਂਡ ਲੈਣਾ ਸ਼ੁਰੂ ਕਰ ਦੇਣ ਵੀ ਹਾਂ ਵੀ ਭਾਵੇਂ ਕੋ ਚੰਗਾ ਵੀ ਲੜਕਾ ਮਿਲਦਾ ਪੈਸੇ ਥੇਲੇ ਵਾਲਾ ਅਮੀਰ ਹੈ ਪਰ ਉਹ ਜੋ ਦਾਜ ਦੀ ਕੋਈ ਤੁਹਾਡੇ ਤੋਂ ਕੋਈ ਦਹੇਜ ਦੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸਪੈਸ਼ਲ ਮੰਗ ਰੱਖਦੇ ਆ ਵੀ ਮੈਨੂੰ ਤਾਂ ਐਡਾ ਵੱਡਾ ਪ੍ਰੋਗਰਾਮ ਚਾਹੀਦਾ ਜਿਹਦੇ ਤੇ ਵਿਚਾਰਿਆਂ ਨੇ ਸਾਰੀ ਉਮਰ ਦੀ ਕਮਾਈ ਕੀਤੀ ਹੁੰਦੀ ਆ ਜਾਂ ਕਰਜ਼ਾ ਲੈ ਕੇ ਉਹ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨੂੰ ਸਿਰੇ ਚਾੜਦੇ ਆ ਤਾਂ ਉਹ ਵਿਚਾਰੇ ਉਹਨਾਂ ਲਈ ਕੋਈ ਇਹ ਇਹ ਕੋਈ ਪ੍ਰੋਗਰਾਮ ਖੁਸ਼ੀ ਹਲਾ ਨਹੀਂ ਬਣਦਾ ਬਿਲਕੁਲ ਹੁੰਦਾ ਵੀ ਇਦਾਂ ਹੀ ਆ ਕਿ ਇੱਕ ਦਿਨ ਦਾ ਵਿਆਹ ਹੁੰਦਾ ਤੇ ਅਸੀਂ ਕਈ ਸਾਲ ਕਰਜ਼াদারਦੇ ਰਹਿੰਦੇ ਆ ਕਈ ਸਾਲ ਉਹ ਜਿਹੜੇ ਹੈਗੇ ਵਿਚਾਰੇ ਪੇਰੈਂਟਸ ਜਿਹੜੇ ਹੈਗੇ ਆ ਵੀ ਉਹ 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 ਛੋਟੀ ਜੀ ਖੁਸ਼ੀ ਦੀ ਖਾਤਰ ਆਪਣਾ ਸਮਾਂ ਇਸ ਤਰ੍ਹਾਂ ਬਤੀਤ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਕਬਾਲ ਕੌਰ ਜੀ ਜੀ ਸਸਿਕਾਇਲ ਜੀ ਅ ਸਾਡਾ ਬੇਟੀ ਦਾ ਰਿਸ਼ਤਾ ਸਰਦਾਰ ਕੁਲਦੀਪ ਸਿੰਘ ਹੋਰਾਂ ਨਾਲ ਹੋਇਆ ਹੈ ਤੇ ਅਸੀਂ ਬਹੁਤ ਖੁਸ਼ ਆ ਕਿ ਜੋ ਉਹਨਾਂ ਨੇ ਕਿਹਾ ਉਹਨੂੰ ਸਿਰੇ ਚੜਾਇਆ ਉਹ ਕਹਾਣੀ ਤੇ ਕਥਨੀ ਤੇ ਪੂਰੇ ਉਤਰਿਆ ਤੇ ਜੇਕਰ ਇਦਾਂ ਹੀ ਸਾਰੇ ਘਰ ਸਾਰੇ ਪੰਜਾਬ ਸਾਰੇ ਦੇਸ਼ ਸਾਰੇ ਸੰਸਾਰ ਦੇ ਵਿੱਚ ਇਦਾਂ ਹੀ ਕੀਤਾ ਜਾਏ ਲੜਕਾ ਔਰ ਉਹਦੇ ਬਾਪ ਦਾਜ ਨਾ ਲੈਣ ਨਾ ਇਸ ਨੂੰ ਬढ़ावा ਦੇਣ ਦਾਜ ਲੈਣ ਵਿੱਚ ਤੇ ਮੈਨੂੰ ਲੱਗਦਾ ਹੈ ਕਿ ਕਦੀ ਵੀ ਕੁੱਖਾਂ ਦੇ ਵਿੱਚ ਬੇਟੀਆਂ ਨੂੰ ਮਾਰਿਆ ਨਹੀਂ ਜਾਏਗਾ ਕਦੀ ਵੀ ਬੱਚਿਆਂ ਨੂੰ ਬੇਟੀਆਂ ਜਿਹੜੀਆਂ ਦਬਾ ਦਿੱਤੀਆਂ ਜਾਂਦੀਆਂ ਜਾਂਦੀਆਂ ਉਹਨਾਂ ਨੂੰ ਨਹੀਂ ਦਬਾਇਆ ਜਾਏਗਾ ਉਹਨਾਂ ਨੂੰ ਨਹੀਂ ਮਾਰਿਆ ਜਾਏਗਾ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡੀ ਵੱਡੀ ਬੇਟੀ ਦੇ ਜਿਹੜੇ ਇਨ-ਲਾਜ਼ ਨੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਅਸੀਂ ਦਾਜ ਨਹੀਂ ਲੈਣਾ ਉਹਨਾਂ ਨੇ ਲੜਕੇ ਨੇ ਇੱਕ ਰਿੰਗ ਤੱਕ ਵੀ ਨਹੀਂ ਲਈ ਸੀ ਮਤਲਬ ਅੱਜ ਤੱਕ ਕਿਹਾ ਸੀਗਾ ਕਿ ਬੇਟੀ ਜਦੋਂ ਤੂੰ ਕਮਾਏਂਗੀ ਉਦੋਂ ਮੈਨੂੰ ਰਿੰਗ ਦੇ ਦੀ ਲੜਕੇ ਨੇ ਕਿਹਾ ਕਿ ਮੈਂ ਰਿੰਗ ਵੀ ਨਹੀਂ ਲੈਣੀ ਤੇ ਇਸੇ ਤਰ੍ਹਾਂ ਹੀ ਸਾਨੂੰ ਦੂਜਾ ਪਰਿਵਾਰ ਮਿਲਿਆ ਤੇ ਜਿਸ ਤਰ੍ਹਾਂ ਮੇਰੇ ਪਤੀ ਨੇ ਦੱਸਿਆ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਹਸਬੰਡ ਏਡੀਸੀ ਰਿਟਾਇਰ ਹੋਏ ਨੇ ਪੀਸੀਐਸ ਆਫੀਸਰ ਨੇ ਮੈਂ ਡਾਕਟਰ ਆ ਅ ਕਾਲਜ ਦੇ ਵਿੱਚ ਪ੍ਰੋਫੈਸਰ ਆ ਤੇ ਲਾਈਕ ਉਹਨਾਂ ਨੇ ਕਦੀ ਇੱਕ ਪੈਸਾ ਰਿਸ਼ਵਤ ਨਹੀਂ ਲਿਆ ਤੇ ਸ਼ਾਇਦ ਇਹੀ ਫਲ ਹੈ ਕਿ ਸਾਨੂੰ ਇਦਾਂ ਦੇ ਲੋਕ ਮਿਲੇ ਆ ਤੇ ਜਿਹੜੇ ਲੋਕ ਇਦਾਂ ਸੋਚਦੇ ਆ ਕਿ ਅਸੀਂ ਪੈਸਾ ਇਕੱਠਾ ਕਰ ਲਈਏ ਸਾਡਾ ਬੇਟੀ ਦੇ ਵਿਆਹ ਤੇ ਕਰੋੜ ਰੁਪਏ ਲੱਗਣਾ ਹੈ 50 ਲੱਖ ਲੱਗਣਾ ਹੈ 20 ਲੱਖ ਲੱਗਣਾ ਹੈ ਤੇ ਉਹ 20 ਲੱਖ 50 ਲੱਖ ਕਰੋੜ ਇਕੱਠਾ ਕਰਦੇ ਕਰਦੇ ਪਤਾ ਨਹੀਂ ਕਿੰਨੇ ਜ਼ੁਲਮ ਕਰ ਦਿੰਦੇ ਆ ਤੇ ਕਿੰਨੇ ਗਲਤ ਕੰਮ ਕਰ ਦਿੰਦੇ ਆ ਇਸੇ ਕਰਕੇ ਫਿਰ ਸੁੱਖ ਨਹੀਂ ਦੁੱਖ ਹੀ ਮਿਲਦੇ ਨੇ ਉਹ ਫਿਰ ਸੁੱਖ ਨਹੀਂ ਮਿਲਦਾ ਬੱਚੀ ਦਾ ਵਿਆਹ ਤਾਂ ਜ਼ਰੂਰ ਹੋ ਜਾਂਦਾ ਹੈ ਕਰੋੜਾਂ ਰੁਪਿਆ ਦੇ ਨਾਲ ਲੱਖਾਂ ਰੁਪਿਆ ਦੇ ਨਾਲ ਵਿਆਹ ਜ਼ਰੂਰ ਹੋ ਜਾਂਦਾ ਹੈ ਪਰ ਉਹ ਬੱਚੀ ਸੁੱਖ ਨਹੀਂ پا ਸਕਦੀ ਮਾਪਿਆਂ ਦੇ ਕੀਤੇ ਹੋਏ ਕਰਮ ਜੀ ਉਹਨਾਂ ਬੱਚਿਆਂ ਨੂੰ ਭੁਗਤਨੇ ਪੈਂਦੇ ਐ ਤੇ ਜੇਕਰ ਮਾਪੇ ਰਿਸ਼ਵਤ ਨਾ ਲੈਣ ਇੱਥੇ ਮੈਂ ਇੱਕ ਇਹ ਵੀ ਕਹਿਣਾ ਚਾਹੁੰਦੀ ਆ ਜੇ ਉਹ ਰਿਸ਼ਵਤ ਨਾ ਲੈਣ ਤੇ ਉਹਨਾਂ ਦੇ ਬੱਚਿਆਂ ਨੂੰ ਦੁੱਖ ਨਹੀਂ ਪਾਣੇ ਪੈਣਗੇ ਤੇ ਨਾ ਹੀ ਕੋਈ ਕੁੱਖਾਂ ਵਿੱਚ ਬੇਟੀਆਂ ਨੂੰ ਮਾਰੇਗਾ ਜੇ ਬਿਨਾਂ ਦਾਜ ਦੇ ਦਹੇਜ ਦੇ ਸਾਡੇ ਇੱਥੇ ਸਮਾਜ ਦੇ ਵਿੱਚ ਵਿਆਹ ਹੋਣਗੇ ਤਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਹੋਈ ਹੈ ਤੇ ਅਸੀਂ ਬਹੁਤ ਬਹੁਤ ਭਾਗਸ਼ਾਲੀ ਮੰਨਦੇ ਆ ਕਿ ਸਾਨੂੰ ਇਹੋ ਜਿਹਾ ਪਰਿਵਾਰ ਪਰਮਾਤਮਾ ਨੇ ਮੱਥੇ ਲਾਏ ਆ ਤੇ ਅਸੀਂ ਬਹੁਤ ਖੁਸ਼ ਆ ਤੇ ਆਕਾਲ ਪੁਰਖ ਤੇ ਬਹੁਤ ਸ਼ੁਕਰਗੁਜ਼ਾਰ ਆ ਅਤੇ ਇਹ ਸਾਰਿਆਂ ਲਈ ਅਰਦਾਸ ਕਰਦੇ ਆ ਕਿ हे ਪਰਮਾਤਮਾ ਸਾਰੇ ਹੀ ਇਦਾਂ ਦੇ ਹੋਣ ਤੇ ਸਭ ਤੋਂ ਵੱਡੀ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦੀ ਆ ਕਿ ਸਾਡੇ ਸਮਾਜ ਦੇ ਵਿੱਚ ਲੜਕੀਆਂ ਸਟੈਂਡ ਲੈਣ ਕਿ ਜੇ ਲੜਕੀਆਂ ਸਟੈਂਡ ਲੈ ਲੈਣ ਕਿ ਅਸੀਂ ਉਸ ਲੜਕੇ ਨਾਲ ਵਿਆਹ ਨਹੀਂ ਕਰਨਾ ਜਿਹੜੇ ਦਾਜ ਮੰਗਦੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਸਮਾਜ ਸੁਧਰਨ ਦੇ ਵਿੱਚ ਨਾਕਾਮਜਾਬ ਹੋਏਗਾ ਤੇ ਸਮਾਜ ਹੈ ਬਹੁਤ ਜਲਦੀ ਸੁਧਰੇਗਾ ਬਹੁਤ ਧੰਨਵਾਦ ਸਾਡੇ ਨਾਲ ਜਸਪ੍ਰੀਤ ਸਿੰਘ ਹੋਬੀ ਨੇ ਹਾਲਾਂਕਿ ਐਸਡੀਐਫ ਦੇ ਪ੍ਰੈਜ਼ੀਡੈਂਟ ਵੀ ਨੇ ਤੇ ਨਾਲ ਹੀ ਅਕਾਲੀ ਦਲ ਟਕਸਾਲੀ ਦੇ ਇੰਚਾਰਜ ਵੀ ਨੇ ਹਲਕੇ ਦੇ ਪਰ ਅੱਜ ਪਰਿਵਾਰ ਦੇ ਮੈਂਬਰ ਵੱਜੋਂ ਇੱਥੇ ਆਏ ਨੇ ਭੱਬਦੀਪ ਕੌਰ ਸਿਸਟਰ ਨੇ ਜਸਪ੍ਰੀਤ ਸਿੰਘ ਹੋਬੀ ਦੀ ਕਿਉਂਕਿ ਸਾਦੇ ਵਿਆਹ ਤੇ ਅੱਜ ਗੱਲ ਹੋ ਰਹੀ ਹੈ ਚਾਹੇ ਐਮਐਲਏ ਕੁਲਦੀਪ ਸਿੰਘ ਵੈਦ ਦਾ ਬੇਟਾ ਹਰਕਰਨ ਪਰ ਉਸ ਦੇ ਬਾਵਜੂਦ ਦੋਵੇਂ ਪਰਿਵਾਰ ਸੰਪੰਨ ਨੇ ਤੇ ਪਰ ਇੱਕ ਵਿਆਹ ਸਾਦਾ ਹੋਇਆ ਚਾਹੇ ਲੋਕਡਾਊਨ ਦੇ ਦੌਰਾਨ ਹੀ ਹੋਇਆ ਪਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਇਹ ਇੱਛਾ ਹੀ ਸੀਗੀ ਕਿ ਅਸੀਂ ਸਾਦਾ ਵਿਆਹ ਕਰੀਏ ਦੇਖੋ ਜੀ ਗੁਰਮਨ ਯਾਦਾ ਅਨੁਸਾਰ ਵਿਆਹ ਹੋਣਾ ਚਾਰ ਲਾਵਾ ਲੈਣੀਆਂ ਸਭ ਤੋਂ ਪਹਿਲਾਂ ਤਾਂ ਇਸ ਚੰਗੇ ਜਿਹੜਾ ਸਾਡੇ ਪਰਿਵਾਰਾਂ ਦੇ ਵਿੱਚ ਇਹ ਸੰਯੋਗ ਮਿਲੇ ਨੇ ਸਬੰਧ ਬਣੇ ਨੇ ਉਹਦੇ ਲਈ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਨ ਕੋਟਨ ਧੰਵਾਦ ਔਰ ਇਸ ਗੱਲ ਲਈ ਅਸੀਂ ਮੈਂ ਆਪ ਦੇ ਮੇਰੀ ਛੋਟੀ ਭੈਣ ਸਾਡੇ ਪਰਿਵਾਰ ਚ ਜਿਵੇਂ ਸਾਡੇ ਹੁਣ ਸਾਡੇ ਚਾਚੀ ਜੀ ਦੱਸ ਕੇ ਗਏ ਨੇ ਬਹੁਤ ਨਾਨ ਕਰਪਟ ਫੈਮਲੀ ਸਾਡੀ ਸ਼ਰੀਫ ਪਰਿਵਾਰ ਅੱچھے ਸੰਸਕਾਰ ਸਾਨੂੰ ਬੱਚਿਆਂ ਨੂੰ ਵੀ ਅੱਗੇ ਮਿਲੇ ਨੇ ਔਰ ਮੈਨੂੰ ਇਹ ਬੜਾ ਅੱਛਾ ਲੱਗਿਆ ਕਿ ਇੰਨਾ ਸਿੰਪਲ ਆਨੰਦ ਕਾਰਜ ਹੋਣੇ ਵਿਆਹ ਹੋਣਾ ਕੁਝ ਗਵਰਨਮੈਂਟ ਐਡਵਾਈਸਿਜ਼ ਨੂੰ ਵੀ ਫਾਲੋ ਕਰਨਾ ਜ਼ਰੂਰੀ ਸੀਗਾ ਹੈਲਥ ਐਡਵਾਈਸਰੀਜ਼ ਨੂੰ ਸੋ ਵੀ ਆਰ ਵੈਰੀ ਹੈਪੀ ਔਰ ਮੋਰਓਵਰ ਪਰਮਾਤਮਾ ਦਾ ਬਹੁਤ ਸ਼ੁਕਰ ਗੁਜ਼ਾਰਾਂ ਅਸੀਂ ਸਾਰੇ ਪਰਿਵਾਰ ਦੋਨੇ ਪਰਿਵਾਰ ਕਿ ਇੰਨੇ ਅੱਛੇ ਪਰਿਵਾਰਾਂ ਨਾਲ ਸੰਬੰਧ ਬਣੇ ਔਰ ਹਰ ਕਰਨ ਜਿਹੜਾ ਸਾਡਾ ਸਨਨ ਲਾਉ ਸਾਡੀ ਛੋਟੀ ਸਿਸਟਰ ਦੋਨੇ ਨੌਜਵਾਨ ਜਿਹੜੇ ਬੱਚੇ ਨੇ ਬਹੁਤ ਆਪਣੀਆਂ ਆਪਣੀਆਂ ਫੀਲਡ ਚ ਕਾਬਿਲ ਨੇ ਸੋ ਲੋਕਡਾਊਨ ਨੂੰ ਦੇਖਦੇ ਹੋਏ ਐਡਵਾਈਸਰੀਜ਼ ਨੂੰ ਫਾਲੋ ਕਰਨਾ ਉਹ ਸਾਡੇ ਲੋਕਾਂ ਲਈ ਆਪਣੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਹੋਬੀ ਜੀ ਇੱਕ ਇਹ ਵੀ ਸਵਾਲ ਹੈ ਕਿ ਫਿਊਚਰ ਦੇ ਵਿੱਚ ਹੋਰ ਲੋਕ ਇਸ ਤੋਂ ਕੀ ਸੇਧ ਲੈਣ ਪੰਜਾਬ ਦੇ ਲੋਕ ਕੀ ਸੇਧ ਲੈਣ ਕਿਉਂਕਿ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਕਈ ਵਾਰੀ ਕਰਜ਼ਾ ਜਿਹੜਾ ਇਸ ਕਰਕੇ ਚੜ ਜਾਂਦਾ ਏ ਕਿ ਬਹੁਤ ਵੱਡੇ ਵਿਆਹ ਕਰ ਲਏ ਜਾਂਦੇ ਨੇ ਕਰਜ਼ਾ ਚੁੱਕ ਕੇ ਵਿਆਹ ਕਰ ਲਏ ਜਾਂਦੇ ਨੇ ਦੇਖੋ ਮੇਰਾ ਖਿਆਲ ਤਾਂ ਆਪਣੀ ਸੁਸਾਇਟੀ ਦਾ ਕਲਚਰ ਹੀ ਨਹੀਂ ਹੈ ਜੀ ਅੱਜ ਵਪਾਰੀ ਵਰਗ ਇੰਡਸਟਰੀ ਵਰਗ ਇੰਡਸਟ੍ਰੀਅਲਿਸਟ ਪਰਿਵਾਰ ਆਫਸਰ ਪੋਲੀਟੀਸ਼ियंस ਜਿਹਨਾਂ ਕੋਲ ਤਾਂ ਪੁੱਗਦੇ ਨੇ ਉਹ ਕਰੋੜਾ ਰੁਪਏ ਲਾਉਂਦੇ ਨੇ ਪਰ ਮੈਂ 노 ਡਾਊਟ ਹਰ ਇੱਕ ਪਰਿਵਾਰ ਲਾ ਸਕਦਾ ਸਾਰੇ ਲਾ ਸਕਦੇ ਨੇ ਆਪਾਂ ਪਰਿਵਾਰ ਵੀ ਪਰ ਜੋ ਗੁਰ ਮਰਿਆਦਾ ਅਨੁਸਾਰ ਆਨੰਦ ਕਾਰਜ ਹੋਣੇ ਜੀ ਉਹ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਕਰਨ ਵਾਲੀ ਗੱਲ ਹੈ ਕਿਉਂਕਿ ਜੇ ਅੱਜ ਆਪਾਂ ਲੱਖਾਂ ਕਰੋੜਾਂ ਰੁਪਏ ਲਾ ਕੇ ਵਿਆਹ ਕਰਦੇ ਆ ਜੀ ਉਹਨੂੰ ਦੇਖੋ ਦੇਖੀ ਕਈ ਪਰਿਵਾਰਾਂ ਨੂੰ ਕਰਜ਼ੇ ਚੱਕ ਕੇ ਵਿਆਹ ਕਰਨੇ ਪੈਂਦੇ ਨੇ ਸੋ ਮੈਂ ਆਪਣੇ ਪਰਿਵਾਰ ਦਾ ਆਪਣੇ ਬਜ਼ੁਰਗਾਂ ਦਾ ਕੁਲਦੀਪ ਸਿੰਘ ਵੈਦ ਸਾਹਿਬ ਦੇ ਪਰਿਵਾਰ ਦਾ ਦੋਨਾਂ ਪਰਿਵਾਰਾਂ ਦਾ ਮੈਂ ਬਹੁਤ ਧੰਨਵਾਦੀ ਆ ਕਿ ਸਾਡੇ ਵੱਡਿਆਂ ਨੇ ਇਹ ਸੋਚ ਰੱਖੀ ਕਿ ਆਨੰਦ ਕਾਰਜ ਸਿੰਪਲ ਕਰਾਂਗੇ ਔਰ ਲਾਕਡਾਊਨ ਦੀਆਂ ਜਿਹੜੀਆਂ ਐਡਵਾਈਜ਼ਰੀਜ਼ ਨੇ ਉਹ ਵੀ ਫਾਲੋ ਕਰਾਂਗੇ ਬਹੁਤ ਧੰਨਵਾਦ ਜਸਪ੍ਰੀਤ ਸਿੰਘ ਹੋਬੀ ਜੀ ਸੋ ਤੁਸੀਂ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰੀ ਹੈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਦੱਸਿਆ ਕਿ ਚਾਹੇ ਲੋਕਡਾਊਨ ਆ ਪਰ ਇਸ ਦੇ ਬਾਵਜੂਦ ਸਾਦਾ ਵਿਆਹ ਉਹਨਾਂ ਦੀ ਇੱਛਾ ਸੀਗੀ ਤੇ ਸਭ ਨੂੰ ਚਾਹੀਦਾ ਹੈ ਕਿ ਸਿੰਪਲ ਤਰੀਕੇ ਦੇ ਨਾਲ ਵਿਆਹ ਕੀਤੇ ਜਾਣ ਤਾਂ ਜੋ ਕਰਜ਼ਿਆਂ ਤੋਂ ਬਚਿਆ ਜਾ ਸਕੇ ਜੇ ਵੱਡੇ ਲੋਕ ਇਸ ਨੂੰ ਅਡਾਪਟ ਕਰਨਗੇ ਤਾਂ ਜਿਹੜੇ ਹੋਰ ਦੂਸਰੇ ਲੋਕ ਨੇ ਜਿਹੜੇ ਕਰਜ਼ਾ ਚੁੱਕ ਕੇ ਵਿਆਹ ਕਰਦੇ ਨੇ ਉਹ ਵੀ ਇਸ ਤੋਂ ਜ਼ਰੂਰ ਸੇਧ ਲੈਣਗੇ ਕੈਮਰਾਮੈਨ ਟੋਨੀ ਦੇ ਨਾਲ ਰਣਵੀਰ ਸਿੰਘ ਰਾਣਾ ਸਤਿ ਸ਼੍ਰੀ ਅਕਾਲ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਈ ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ ਤੇ ਆਜੀ ਪੈਰਾਮਿਡੀ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ